ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਵ ਰਚੀ ਬੋਬਿਦ ਅੰਕ ਪ੍ਰਕਾਰ ਅਜਦਾਸ ਇਸੇ ਹੀ ਗੁਰਬਾਣੀ ਦੇ ਪੰਕਤੀ ਦੇ ਆਧਾਰ ਤੇ ਉੱਤੇ ਇੱਕ ਐਸੇ ਸੱਜਣ ਦੀ ਘਟਨਾ ਦਾ ਜ਼ਿਕਰ ਕਰਦਾ ਜੇਨਾ ਨੇ ਆਪਣੀ ਜੀਵਨ ਦੇ ਜੀ ਕਈ ਅਨੇਕ ਪੁਰੀਆਂ ਦੇ ਦਰਸ਼ਨ ਕੀਤੇ ਤੇ ਇਹ ਦਰਸ਼ਨ ਕਰਕੇ ਇਹ ਦੱਸਿਆ ਹੈਗਾ ਕਿ ਭਾਈ ਵਾਹਿਗੁਰੂ ਦੀ ਰਚਨਾ ਦਾ ਕੋਈ ਅੰਤ ਪਾਰਾ ਵਾਰਾ ਨਹੀਂ ਹੈ ਸੋ ਇਹ ਸੱਜਣਾ ਦਾ ਨਾਮ ਹੈ ਭਾਈ ਬਲਵੰਤ ਸਿੰਘ ਇਹ ਜਿਹੜੇ ਭਾਈ ਬਲਵੰਤ ਸਿੰਘ ਹੈ ਇਹ ਅੱਜ ਕੱਲ ਮਹਾਲੀ ਰਹਿ ਰਿਹਾ ਪਹਿਲਾਂ ਭਾਈ ਬਲਵੰਤ ਸਿੰਘ ਜਿਹੜੇ ਸੀਗੇ ਇਹ ਸਰਹਾਲੀ ਨਿਵਾਸ ਰੱਖਦੇ ਸੀ ਉਸ ਤੋਂ ਬਾਅਦ ਫਿਰ ਕਲਕੱਤੇ ਚੱਲ ਗਏ ਸਰਹਾਲੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਚੋਰਾਂ ਦੀ ਸਰਹਾਲੀ ਆਖਦੇ ਸੀਗੇ ਲੇਕਿਨ ਜਦੋਂ ਸੰਤ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਜਿਹੜੇ ਹਨ ਇਸ ਅਸਥਾਨ ਦੇ ਉੱਤੇ ਆਏ ਆ ਤੇ ਉਹਨਾਂ ਦੇ ਤਪੂ ਭავ ਦੇ ਸਦਕਾ ਇਹ ਚੋਰਾਂ ਦੀ ਸਰਹਾਲੀ ਦਾ ਨਾਮ ਜਿਹੜਾ ਸੀਗਾ ਫਿਰ ਸਰਹਾਲੀ ਸਾਹਿਬ ਸੰਗਤਾਂ ਨੇ ਰੱਖਿਆ ਸੀਗਾ ਐਸੇ ਮਹਾਨ ਤਪੱਸਵੀ ਜੋਗੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਹੋਇਆ ਤੇ ਇਹ ਜਿਹੜੇ ਭਾਈ ਬਲਵੰਤ ਸਿੰਘ ਸੀਗੇ ਇਹ ਮਹਾਂਪੁਰਖ ਬਾਬਾ ਤਾਰਾ ਸਿੰਘ ਉਹਨਾਂ ਦੇ ਸੇਵਕ ਸੀਗੇ ਤੇ ਉਹਨਾਂ ਦੇ ਨਾਲ ਕਈ ਹਾਸ ਬਿਆੰਗ ਦੀਆਂ ਗੱਲਾਂ ਵੀ ਕਰ ਲੈਂਦੇ ਸੀਗੇ। ਇੱਕ ਵਾਰ ਕੀ ਹੋਇਆ ਕਿ ਸੰਤਮਾਪੁਰਖ ਬਾਬਾ ਤਾਰਾ ਸਿੰਘ ਜੀ ਜਾਦਵ ਕਲਕੱਤੇ ਆਪਣੇ ਗੁਰਸਿੱਖਾਂ ਦੀ ਜਿਹੜੀ ਦਸਵੰਦੀ ਭੇਟਾ ਸੀ ਉਹ ਕੱਤਰ ਕਰਨ ਵਾਸਤੇ ਗਏ। ਤਾਂ ਭਾਈ ਬਲਵੰਤ ਸਿੰਘ ਜਿਹੜੇ ਸੀਗੇ ਇਹ ਟੈਕਸੀ ਡਰਾਈਵਰ ਦੇ ਮੋਹਰੀ ਸੀਟ ਤੇ ਬੈਠੇ ਸੀ ਤੇ ਸੰਤਮਾਪੁਰਖ ਬਾਬਾ ਤਾਰਾ ਸਿੰਘ ਜੀ ਪਿਛਲੀ ਸੀਟ ਤੇ ਬੈਠੇ ਸੀ। ਇਸ ਤਰ੍ਹਾਂ ਜਾਂਦੇ ਜਾਂਦੇ ਭਾਈ ਬਲਵੰਤ ਸਿੰਘ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਆਇਆ ਤੇ ਇਹ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਮੈ ਸੁਣਿਆ ਹੈਗਾ ਕਿ ਇਸ ਵਾਹਿਗੁਰੂ ਦੀ ਰਚਨਾ ਦੇ ਵਿੱਚ ਅਨੇਕਾਂ ਪੁਰੀਆਂ ਹੈਗੀਆਂ ਇਹਦੇ ਬਾਰੇ ਬਹੁਤ ਸੁਣਿਆ ਉਹ ਤੁਸੀਂ ਕਿਰਪਾ ਕਰੋ ਸਾਨੂੰ ਇਹ ਪੁਰੀਆਂ ਪਰੀਆਂ ਦੇ ਦਰਸ਼ਨੀ ਕਰਾ ਦਿਓ ਦੇਖ ਲਓ ਖਾਸ ਬਿਆੰਗ ਦੇ ਵਿੱਚ ਭਾਈ ਬਲਵੰਤ ਸਿੰਘ ਹੁਣੇ ਮਹਾਪੁਰਖ ਨੂੰ ਆਖਿਆ ਪਰ ਮਹਾਪੁਰਖ ਪਿਛਲੀ ਸੀਟ ਤੇ ਬੈਠੇ ਸੀ ਇਸ ਕਰਕੇ ਬਬਤਾਰਾ ਸਿੰਘ ਹੁਣਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੋ ਹੀ ਭਾਈ ਬਲਵੰਤ ਸਿੰਘ ਹੁਣਾਂ ਨੇ ਪਿੱਛੇ ਮੁੜ ਕੇ ਦੇਖਿਆ ਜਾਂ ਕੀ ਦੇਖਿਆ ਬਬਤਾਰਾ ਸਿੰਘ ਜਿਹੜੀ ਅੱਖਾਂ ਮੀਟ ਕੇ ਕਿਸੇ ਅਦ੍ਰਿਸ਼ ਮੰਡਲ ਦੀ ਸੈਰ ਦੇ ਵਿੱਚ ਬੈਠੇ ਸੀਗੇ ਜਿਆਦਾ ਉਹ ਆਪਣੇ ਰੰਗ ਦੇ ਵਿੱਚ ਬੈਠੇ ਸੀਗੇ ਫੇ ਭਾਈ ਬਲਵੰਤ ਸਿੰਘ ਚੁੱਪ ਕਰ ਗਏ ਪਰ ਜਦੋਂ ਸੰਤ ਬੱਬਾ ਤਾਰਾ ਸਿੰਘ ਹੋਣਾ ਨੇ ਕੁਛ ਚਿਰ ਬਾਅਦ ਅੱਖਾਂ ਖੋਲੀਆਂ ਤੇ ਇਹੋ ਜਿਹੜਾ ਸ਼ਬਦ ਸੀਗਾ ਫੇ ਭਾਈ ਬਲਵੰਤ ਸਿੰਘ ਹੋਣਾ ਦੇ ਦੁਆਰਾ ਦੁਹਰਾਇਆ ਕਹਿਣ ਲੱਗੇ ਮਹਾਂਪੁਰਖੋ ਵੀ ਅਸੀਂ ਪੁਰੀਆਂ ਦੇ ਬਾਰੇ ਬੜਾ ਸੋਚਿਆ ਹੈਗਾ ਸੁਣਿਆ ਹੈਗਾ ਕਿ ਇਸ ਬ੍ਰਹਿਮੰਡ ਦੇ ਅੰਦਰ ਅਨੰਤ ਪੁਰੀਆਂ ਹੁੰਦੀਆਂ ਤੁਸੀਂ ਸਾਨੂੰ ਥੋੜੀਆਂ ਜੀਆਂ ਪੁਰੀਆਂ ਦੇ ਦਰਸ਼ਨੀ ਕਰਾ ਦਿਓ ਅਸੀਂ ਤਾਂ ਦੇਖ ਲਈਏ ਕਿ ਉਹ ਪੁਰੀਆਂ ਕਿਹੋ ਜਿਹੀਆਂ ਹੁੰਦੀਆਂ ਜਦ ਇੰਨੀ ਗੱਲ ਹੋਈ ਤਾਂ ਬਾਬਾ ਤਾਰਾ ਸਿੰਘ ਜੀ ਆਖਣ ਲੱਗੇ ਕਹਿਣ ਲੱਗੇ ਜਸੇ ਤਾਰਾ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਇਹੋ ਜਿਹੇ ਖਿਆਲ ਨਹੀਂ ਮਨ ਦੇ ਵਿੱਚ ਲਿਆਈਦੇ ਹੁੰਦੇ ਇਹ ਖਿਆਲ ਬੰਦੇ ਨੂੰ ਬਹੁਤ ਔਖੇ ਕਰਦੇ ਆ ਜਦ ਇੰਨੀ ਗੱਲ ਹੋਈ ਤਾਂ ਫੇ ਪਾਈ ਬਲਵੰਸੂਣੀ ਕਹਿਣ ਲੱਗੇ ਕਹਿੰਦੇ ਮਾਹਪੁਰ ਕੋ ਅਸੀਂ ਕਿਹੜਾ ਪੁਰੀਆਂ ਦੇ ਵਿੱਚ ਜਾ ਕੇ ਰਹਿਣ ਜਾਣਾ ਹੈਗਾ ਬਸ ਮਨ ਦੀ ਇੱਛਾ ਸੀਗੀ ਬੋ ਚਲੋ ਥੋੜੀਆਂ ਬਹੁਤੀਆਂ ਦਿਖਾ ਦਿਓ ਜ਼ਿਆਦਾ ਨਹੀਂ ਦਿਖਾ ਲੈਣੀ ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਜੀ ਨੂੰ ਕਹਿਣ ਲੱਗੇ ਕਹਿੰਦੇ ਭਾਈ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਇਹਦੇ ਨਾਲ ਸਰੀਰ ਨੂੰ ਬੜੀ ਤਕਲੀਫ ਹੁੰਦੀ ਆ ਆਪਾਂ ਕੀ ਲੈਣਾ ਹੈਗਾ ਭਾਈ ਬਲਵੰਸ ਹੁਣੀ ਫੇਰ ਜਿਵੇਂ ਹਾਸ ਵਿਅੰਗ ਜਿਹਾ ਕਹਿਣ ਲੱਗੇ ਕਹਿਣ ਲੱਗੇ ਮਾਪੁਰਖੋ ਕਿਹੜਾ ਸੀ ਉੱਥੇ ਰਹਿਣਾ ਹੈਗਾ ਚਲੋ ਜੇ ਦਿਖਾ ਲੈਣੀ ਐ ਕਮ ਸੇ ਕਮ ਸਾਨੂੰ ਹਾਥੀ ਲਵਾ ਦਿਓ ਜਦ ਬਾਰ ਬਾਰ ਭਾਈ ਬਲਵੰਸ ਹੁਣੀ ਇਹੋ ਹੀ ਗੱਲ ਕਹੀ ਜਾਣ ਤੇ ਫਿਰ ਬਾਬਾ ਤਾਰਾ ਸਿੰਘ ਉਹਨਾਂ ਦੇ ਮੁਖੋਂ ਜਾਨ ਨਿਕਲਿਆ ਕਹਿਣ ਲੱਗੇ ਖੈਰੇ ਰੱਬ ਤੈਨੂੰ ਦਿਖਾਈ ਦਵੇ ਜਦ ਇੰਨੀ ਗੱਲ ਹੋਈ ਤੇ ਬਚਨ ਨਿਕਲ ਗਏ ਕਿ ਖਬਰੇ ਵਾਹਿਗੁਰੂ ਤੈਨੂੰ ਦਿਖਾਈ ਦਵੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਸੀਗੀ ਫਿਰ ਉਸੇ ਹੀ ਕਾਰ ਦੇ ਯਾਤਰਾ ਦੇ ਦੌਰਾਨ ਫਿਰ ਚੁੱਪ ਵਰਤ ਗਈ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਸੰਤ ਮਹਾਂਪੁਰਖ ਬੱਬਾ ਤਾਰਾ ਸਿੰਘ ਨੇ ਦਸਵੰਦ ਦੀ ਭੇਟਾ ਆਪਣੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਨੂੰ ਇਕੱਠੀ ਕਰਕੇ ਵਾਪਸ ਸਰਹਾਲੀ ਆਏ ਤਾਂ ਭਾਈ ਬਲਵੰਸ ਉਹਨਾਂ ਦੀ ਆਪਣੇ ਘਰ ਚੱਲ ਗਏ। ਪਲਵਾਏ ਭਾਈ ਬਲਵੰਸ ਉਹਨਾਂ ਦਾ ਉਹਨਾਂ ਸਮਿਆਂ ਦੇ ਵਿੱਚ ਨਿੱਜੀ ਕਾਰੋਬਾਰ ਕਾਰਾਂ ਦਾ ਚੱਲਦਾ ਹੁੰਦਾ ਸੀਗਾ। ਤੇ ਇਹਨਾਂ ਦੀ ਜਿਹੜੀ ਕਾਰ ਸੀਗੀ ਜਿਹੜੀ ਇੱਕ ਦਿਨ ਜਦ ਖਰਾਬ ਹੋਈ ਤੇ ਕਿਸੇ ਮਕੈਨਿਕ ਦੇ ਜਦ ਵਰਕਸ਼ਾਪ ਦੇ ਉੱਤੇ ਇਹ ਦੇ ਜਿਹੜੇ ਸੀਗੇ ਉਹ ਡਰਾਈਵਰ ਜਾਂ ਛੱਡ ਕੇ ਆਏ ਤਾਂ ਭਾਈ ਬਲਵੰਸ ਹੁਣੇ ਮਨ ਦੇ ਵਿੱਚ ਆਇਆ ਵੀ ਇੰਨੇ ਦਿਨ ਹੋ ਗਏ ਉੱਥੇ ਕਾਰ ਗਈ ਨੂੰ ਪਤਾ ਨਹੀਂ ਮਕੈਨਿਕ ਨੇ ਠੀਕ ਕੀਤੀ ਕਿ ਨਹੀਂ ਕੀਤੀ ਜਦ ਦੇ ਵਰਕਸ਼ਾਪ ਖੁਦ ਦੇਖਣ ਗਏ ਤੇ ਜਦ ਕੀ ਦੇਖਿਆ ਤੇ ਉੱਥੇ ਜਿਹੜਾ ਮਕੈਨਿਕ ਸੀਗਾ ਇਹਨਾਂ ਦੀ ਕਾਰ ਦੇ ਥੱਲੇ ਜਿਹੜਾ ਸੀਗਾ ਉਹ ਬੈਠਾ ਠਕ ਠਕ ਕਰ ਰਿਹਾ ਸੀਗਾ ਥੋੜੀ ਦੇ ਨਾਲ ਜਦ ਉਹ ਆਪਣੀ ਮਕੈਨਿਕੀ ਦਾ ਕੰਮ ਕਰ ਰਿਹਾ ਸੀਗਾ ਤੇ ਫਿਰ ਭਾਈ ਬਲਵੰਸ ਨੂੰ ਹੁਣ ਬੜਾ ਉਹ ਤੇ ਗੁੱਸਾ ਆਇਆ ਤੇ ਉਹਨੂੰ ਕਹਿਣ ਲੱਗੇ ਕਿਨੇ ਵੀ ਭਾਈ ਕਿੰਨੇ ਦਿਨ ਹੋਰ ਲਾਉਂਗਾ ਮੇਰੀ ਗੱਡੀ ਠੀਕ ਕਰਨ ਨੂੰ ਰੋਦੀ ਤੇਰੀ ਟਿਕ 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 ਕਿੰਨੇ ਦਿਨ ਤੂੰ ਕਰੂਗਾ ਅਜੇ ਤੱਕ ਮੇਰੀ ਗੱਡੀ ਠੀਕ ਨਹੀਂ ਹੋਈ ਜਦ ਇਸ ਤਰ੍ਹਾਂ ਕੁਝ ਤਿੱਖੇ ਬਚਨ ਹਨਾ ਭਾਈ ਬਲਵੰਤ ਸਿੰਘਾ ਨੇ ਬੋਲੇ ਤੂੰ ਜਿਹੜਾ ਮਕੈਨਿਕ ਲੜਕਾ ਸੀ ਕਾਰ ਦੇ ਥੱਲੇ ਗੱਡੀ ਦੀ ਮਕੈਨਿਕੀ ਕਰ ਰਿਹਾ ਸੀ ਉਹ ਵੀ ਮੋਰੇ ਹਾੜਵਸਾਗਾ ਉਹ ਇਹ ਬਚਨ ਸੁਣ ਕੇ ਜਿਹੜਾ ਸੀ ਗੱਡੀ ਦੇ ਥੱਲੇੋਂ ਬਾਹਰ ਨਿਕਲਿਆ ਤੇ ਬਾਹਰ ਨਿਕਲਦੇ ਉਹਨੇ ਜਿਹੜੇ ਆਪਣੇ ਹੱਥੇ ਫੜੀ ਥੋੜੀ ਸੀ ਉਹ ਜ਼ੋਰ ਨਾਲ ਬਗਾਹ ਮਾਰੀ ਤੇ ਕਹਿਣ ਲੱਗਾ ਕਿ ਮੈਂ ਤਾਂ ਇਸ ਤਰ੍ਹਾਂ ਹੀ ਟਿਕ ਟਿਕ ਕਰਨੀ ਜਾਣਦਾ ਹੈਗਾ ਜੇ ਤੂੰ ਮਕੈਨਿਕੀ ਕਰਨੀ ਜਾਣਦਾ ਹੈਗਾ ਤੇ ਤੂੰ ਠੀਕ ਕਰ ਲੈ ਜਦੋਂ ਬੱਸ ਇੰਡਿੰਗਲ ਹੋਈ ਤਾਂ ਬੱਸ ਫੇਰ ਕੀ ਸੀ ਭਾਈ ਬਲਵੰਸ ਹੁਣ ਕਹਿਣ ਲੱਗੇ ਕਿ ਮੈਨੂੰ ਉੱਤੇ ਗੁੱਸਾ ਆ ਗਿਆ ਤਾਂ ਮੈਂ ਕਹਿੰਦੇ ਆਪੋ ਥੋੜੀ ਚੱਕੀ ਤੇ ਆਪ ਆਪਣੀ ਗੱਡੀ ਦੇ ਹੀਠਾਂ ਪੜ ਗਿਆ ਜਦੋਂ ਗੱਡੀ ਦੇ ਹੀਠਾਂ ਗਿਆ ਹੀਠਾਂ ਜਾ ਕੇ ਕਹਿੰਦੇ ਵੀ ਪਤਾ ਨਹੀਂ ਕੀ ਹੋਇਆ ਅਚਨਚੇ ਜਿਹੜੀ ਥੋੜੀ ਸੀਗੀ ਉਹ ਕਹਿੰਦੇ ਜਿਹੜਾ ਜੈਕ ਸੀਗਾ ਜਿੰਨੇ ਗੱਡੀ ਦਾ ਇੰਜਣ ਉੱਪਰ ਨੂੰ ਚੁੱਕਿਆ ਹੋਇਆ ਸੀਗਾ ਉਹ ਜੈਕ ਦੇ ਵਿੱਚ ਵੱਜ ਗਈ ਜ਼ੋਰ ਨਾਲ ਤੇ ਜਿਉਂ ਹੀ ਜੈਕ ਦੇ ਵਿੱਚ ਵੱਜੀ ਜੈਕ ਕਹਿੰਦੇ ਇੱਕ ਪਾਸੇ ਹੋਇਆ ਤਾਂ ਗੱਡੀ ਜਿਹੜੀ ਸੀ ਸਿੱਧੀ ਮੇਰੀ ਸਿਰ ਦੀ ਖੋਪਰੀ ਤੇ ਆ ਕੇ ਡਿੱਗ ਪਈ ਯਾ ਤੇ ਖੋਪਰੀ ਦੇ ਆਕੇ ਡਿੱਗੀ ਤੇ ਜਿਹਦੇ ਨਾਲ ਖੋਪਰੀ ਟੁੱਟ ਗਈ ਫਿਸ ਗਈ ਬਸ ਫੇਕੀ ਸੀ ਲਹੂ ਲਹਾਨ ਹੋ ਗਿਆ ਰੋਲਾ ਪੈ ਗਿਆ ਜਦ ਰੋਲਾ ਪੈ ਗਿਆ ਇਧਰੋਂ ਪਾਈ ਬਲਵੰਸੂ ਹੁਣਾਂ ਨੂੰ ਜਿਹੜੇ ਸੀ ਉਹਨਾਂ ਦੇ ਜਿਹੜੇ ਸਾਥੀ ਸੀ ਕਰਦੇ ਸੀਗੇ ਉਹ ਚੱਕ ਕੇ ਇੱਕ ਹਸਪੀਟਲ ਚ ਲੈ ਗਏ ਜਦ ਇੱਕ ਹਸਪੀਟਲ ਜਾਏਗੇ ਉਹਨੇ ਦੇਖਿਆ ਕਿ ਖੋਪਰੀ ਜਿਹੜੀ ਆ ਉਹ ਕਾਫੀ ਫਿਸ ਗਈ ਐ ਇਸ ਕਰਕੇ ਉਹ ਨਾ ਹਸਪੀਟਲ ਨੇ ਜਵਾਬ ਦੇ ਦਿੱਤਾ ਇੱਕ ਤੋਂ ਫੇਰ ਦੂਜੇ ਦੂਜੇ ਤੋਂ ਤੀਜੇ ਹਸਪੀਟਲ ਇਸ ਤਰ੍ਹਾਂ ਪਾਈ ਬਲਵੰਸੂ ਹੁਣਾਂ ਨੂੰ ਇਧਰ ਲਿਜਾਂਦੇ ਰਹੇ ਇੰਦਰ ਤੱਕ ਖੋਪਰੀ ਦੇ ਇਲਾਜ ਵਾਸਤੇ ਜਿਹੜੇ ਸੀ ਹਸਪਤਾਲ ਬਦਲਦੇ ਰਹੇ ਇਹਨਾਂ ਦੇ ਘਰ ਬੋਲੇ ਪਰ ਉਧਰੋਂ ਭਾਈ ਬਲਵੰਸ ਉਹਨਾਂ ਦੀ ਜਿਹੜੀ ਰੋਹਾਨੀ ਯਾਤਰਾ ਸੀਗੀ ਪੂਰੀਆਂ ਦੀ ਜਿਹੜੀ ਮਹਾਂਪੁਰਖਾਂ ਦੇ ਨਾਲ ਬਚਨ ਕੀਤਾ ਸੀ ਉਹ ਸ਼ੁਰੂ ਹੋ ਗਈ ਉਹ ਸ਼ੁਰੂ ਹੋ ਗਈ ਤਾਂ ਭਾਈ ਬਲਵੰਸ ਉਹ ਨਹੀਂ ਦੱਸਦੇ ਸੀਗੇ ਕਿ ਕੀ ਹੋਇਆ ਕਿ ਜਦੋਂ ਕਿੰਨੇ ਵੀ ਮੈਨੂੰ ਬਾਕੀ ਤਾਂ ਕੋਈ ਗੱਲ ਦਾ ਪਤਾ ਨਹੀਂ ਪਰ ਇੰਨਾ ਜ਼ਰੂਰ ਪਤਾ ਹੈਗਾ ਕਿ ਥੋੜੀ ਜਿਹੜੀ ਸੀ ਮੇਰੇ ਜੈਕ ਦੇ ਵਿੱਚ ਵੱਜੀ ਸੀ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਬੋਹੋਸ਼ ਹੋ ਗਿਆ ਫਿਰ ਨਹੀਂ ਮੈਨੂੰ ਪਤਾ ਪਰ ਕਹਿੰਦੇ ਵੀ ਮੈਨੂੰ ਇੰਨਾ ਪਤਾ ਕਿ ਦੋ ਆਦਮੀ ਜਿਹੜੇ ਮੈਨੂੰ ਦਿਸਦੇ ਨਹੀਂ ਸੀਗੇ ਵਿਅਕਤੀ ਕਹਿੰਦੇ ਉਹ ਮੇਰੇ ਕੋਲ ਆਏ ਮੈਨੂੰ ਕਹਿਣ ਲੱਗੇ ਵੀ ਆ ਜਾ ਕਹਿੰਦੇ ਵੀ ਉਹ ਮੈਨੂੰ ਆਪਣੇ ਨਾਲ ਲੈ ਗਏ ਤੇ ਮੈਨੂੰ ਨਿਰਦੇਸ਼ ਦੇਣ ਲੱਗੇ ਵੀ ਇੱਧਰ ਜਾਣਾ ਇੱਧਰ ਜਾਣਾ ਇੱਧਰ ਜਾਣਾ ਇੱਧਰ ਚੱਲ ਕਹਿੰਦੇ ਵੀ ਮੈਂ ਉਹਨਾਂ ਦੇ ਨਾਲ ਚੱਲਦਾਂ ਗਿਆ ਤੇ ਕਹਿੰਦੇ ਵੀ ਕਰਦੇ ਕਰਦੇ ਉਹ ਮੈਨੂੰ ਧਰਮਰਾਜ ਦੀ ਕਚਹਿਰੀ ਲੈ ਗਏ ਹੁਣ ਇੱਧਰ ਤਾਂ ਪਾਈ ਬਲਵਾਂਸੂ ਉਹਨਾਂ ਦੀ ਬੋਡੀ ਜਿਹੜੀ ਸੀ ਉਹ ਹਸਪੀਟਲਾਂ ਦੇ ਵਿੱਚ ਰੋਲਦੀ ਫਿਰਦੀ ਆ ਤੇ ਉਧਰੋਂ ਪੂਰੀਆਂ ਦੀ ਯਾਤਰਾ ਸ਼ੁਰੂ ਹੋਈ ਹੈ ਜਦੋਂ ਕਹਿੰਦੇ ਧਰਮਰਾਜ ਦੀ ਕਚਹਿਰੀ ਲੈ ਗਏ ਜਦੋਂ ਕਹਿੰਦੇ ਮੈਂ ਧਰਮਰਾਜ ਦੇ ਸਾ ਤੇ ਕਹਿੰਦੇ ਫਿਰ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜ ਧਰਮਰਾਜ ਨੂੰ ਬੁਲਾਈ ਤੇ ਕਹਿੰਦੇ ਧਰਮਰਾਜ ਜੀ ਨੇ ਵੀ ਉੱਠ ਕੇ ਕਹਿੰਦੇ ਹੱਥ ਜੋੜ ਕੇ ਫਤਿਹ ਬੁਲਾਈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਦੋਂ ਕਹਿੰਦੇ ਵੀ ਧਰਮਰਾਜ ਜੀ ਨੇ ਵੀ ਉੱਠ ਕੇ ਫਤਿਹ ਬੁਲਾਤੀ ਬਸ ਫਿਰ ਕੀ ਸੀ ਕਹਿੰਦੇ ਫਿਰ ਉਹ ਜਿਹੜੇ ਨਾਲ ਦੇ ਅਦ੍ਰਿਸ਼ ਪ੍ਰਾਣੀ ਸੀਗੇ ਹਨਾ ਸ਼ਹੀਦ ਸਿੰਘ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਹਿੰਦੇ ਧਰਮਰਾਜ ਨੂੰ ਕਹਿਣ ਲੱਗੇ ਕਿ ਇਹ ਹੈ ਨਾ ਸੰਤ ਤਾਰਾ ਸਿੰਘ ਹੋਣਾ ਦਾ ਸਿੰਘ ਹੈਗਾ ਤੇ ਇਹਨਾਂ ਨੂੰ ਪੂਰੀਆਂ ਦੀ ਸੈਰ ਕਰਨ ਵਾਸਤੇ ਆਇਆ ਹੈਗਾ ਜਦ ਇੰਨੀ ਗੱਲ ਹੋਈ ਤੇ ਕਹਿੰਦੇ ਤਾਂ ਮਰਾ ਜਿਹੜਾ ਸੀਗਾ ਉਸੇ ਟਾਈਮ ਆਪਣੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਨਿਰਦੇਸ਼ ਦੇਣ ਲੱਗਾ ਕਹਿਣ ਲੱਗਾ ਲੋ ਜੀ ਸੰਤ ਤਾਰਾ ਸਿੰਘ ਉਹਨਾਂ ਦਾ ਸਿੰਘ ਆ ਗਿਆ ਤੇ ਇਹਨੂੰ ਜਿੰਨਾ ਚਿਰੇ ਚਾਹੁੰਦਾ ਉਹਨਾਂ ਚਿਰੇ ਇਹਨੂੰ ਸਾਰੀਆਂ ਪੁਰੀਆਂ ਦੀ ਸੈਰ ਕਰਾਓ ਜੋ ਜੋ ਦੇਖਣਾ ਚਾਹੁੰਦਾ ਇਹਨੂੰ ਸਭ ਦਿਖਾ ਦਿਓ ਬਸ ਫੇਰ ਕੀ ਸੀ ਫੇਰ ਭਾਈ ਬਲਵੰਤ ਸੁਣੀ ਦੱਸਦੇ ਆ ਕਿ ਮੈਂ ਫੇਰ ਜਿਹੜੀ ਸੀ ਪੁਰੀਆਂ ਦੀ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਦ ਸੈਰ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੀਆਂ ਪੁਰੀਆਂ ਦੇ ਵਿੱਚ ਕਹਿੰਦੇ ਉਹ ਜੋ ਅਦ੍ਰਿਸ਼ ਸਿੰਘ ਸੀਗੇ ਕਹਿੰਦੇ ਉਹ ਮੈਨੂੰ ਹਨਾ ਲੈ ਕੇ ਜਾਂਦੇ ਰਹੇ ਜਦ ਜਾਂਦੇ ਰਹੇ ਉੱਥੇ ਮੈਂ ਬੜਾ ਕੁਝ ਦੇਖਿਆ ਫੇਰ ਕਹਿੰਦੇ ਉਸ ਤੋਂ ਬਾਅਦ ਮੈਂ ਸੁਰਗ ਤੇ ਫੇਰ ਕਹਿੰਦੇ ਮੈਂ ਨਰਕ ਦੇ ਦ੍ਰਿਸ਼ ਦੇਖੇ ਜਦ ਕਹਿੰਦੇ ਨਰਕ ਦੇ ਵੀ ਬੜੇ ਭਿਆਨਕ ਦ੍ਰਿਸ਼ ਦੇਖੇ ਇਸ ਨਰਕ ਦੇ ਅੰਦਰ ਕਹਿੰਦੇ ਮੇਰੇ ਪਿੰਡ ਦੇ ਜਿਹੜੇ ਦੋ ਵਿਅਕਤੀ ਉਹ ਨਰਕ ਭੋਗ ਰਹੇ ਸੀ ਕਹਿੰਦੇ ਮੈਂ ਉਹਨਾਂ ਨੂੰ ਵੀ ਵੇਖਣ ਲਿਆ ਉਸ ਤੋਂ ਬਾਅਦ ਫੇਰ ਭਾਈ ਬਲਵੰਤ ਸੁਣੀ ਕਹਿਣ ਲੱਗੇ ਕਰਦੇ ਕਰਦੇ ਕਹਿੰਦੇ ਮੈਨੂੰ ਇੱਕ ਫਿਰ ਏਸਕ ਐਸੀ ਪੂਰੀ ਚ ਲੈ ਗਿਆ ਜਿੱਥੇ ਬਹੁਤ ਸਾਧੂ ਜਿਹੜੇ ਸੀ ਸਮਾਧੀਆਂ ਲਾ ਕੇ ਮਿੱਠੇ ਸੀ ਕਹਿੰਦੇ ਜਦੋਂ ਮੈਂ ਉਹ ਪੂਰੀ ਦੇਖੀ ਉਹਦੇ ਵਿੱਚੋਂ ਕਹਿੰਦੇ ਵੀ ਇੱਕ ਸਮਾਧੀ ਦੇ ਵਿੱਚ ਜਿਹੜਾ ਸਾਧੂ ਬੈਠਾ ਸੀ ਉਹਨੇ ਕਹਿੰਦੇ ਅੱਖਾਂ ਖੋਲ੍ਹੀਆਂ ਤੇ ਕਹਿੰਦੇ ਬੜੀਆਂ ਕੋੜੀਆਂ ਨਜ਼ਰ ਤਾ ਮੇਰੇ ਵੱਲ ਤੱਕਿਆ। ਜਦ ਕਹਿੰਦੇ ਤੱਕਿਆ ਤੇ ਕਹਿੰਦੇ ਉਹ ਚੀਜ਼ ਦੇਣੀ ਬੋਲਿਆ। ਕਹਿਣ ਲੱਗਾ ਵੀ ਇਹਨੂੰ ਇੱਥੇ ਕੀ ਕਰਨ ਨੂੰ ਲੈ ਕੇ ਆਏ ਆ। ਜਦ ਕਹਿੰਦੇ ਉਹ ਇੰਨੀ ਜ਼ੋਰ ਨਾਲ ਬੋਲਿਆ ਤੇ ਉਸੇ ਟਾਈਮ ਕਹਿੰਦੇ ਜਿਹੜੇ ਨਾਲ ਦੇ ਦੋਸੇਂ ਕਿ ਸ਼ਹੀਦ ਸਿਗੇ ਕਹਿੰਦੇ ਉਹਨੂੰ ਕਹਿਣ ਲੱਗੇ ਕਹਿੰਦੇ ਚੁੱਪ ਕਰ। ਇਹ ਸੰਤ ਧਾਰਾ ਤੋਂ ਹੁਣ ਦਾ ਸਿੰਘ ਹੈਗਾ। ਕਹਿੰਦੇ ਇੰਨੇ ਕਹਿਣ ਦੀ ਡੇਰ ਸੀ ਕਹਿੰਦੇ ਫਿਰ ਉਹ ਜਿਹੜਾ ਸ਼ੈਦ ਸਮਾਧੀ 'ਤੇ ਬੈਠਾ ਸੀਗਾ ਮੇਰੇ ਕੋਲ ਕੋੜੀਆਂ ਅੱਖਾਂ ਨਾਲ ਜਿਹਨੇ ਤੱਕਿਆ ਸੀ ਕਹਿੰਦੇ ਫਿਰ ਉਹ ਚੁੱਪ ਕਰ ਗਿਆ ਉਸ ਤੋਂ ਬਾਅਦ ਕਹਿੰਦੇ ਫਿਰ ਉੱਥੇ ਹੀ ਪੂਰੀ ਦਾ ਜਿਹੜਾ ਮੇਨ ਜਥੇਦਾਰ ਸੀ ਕਹਿੰਦਾ ਸਾਡੇ ਕੋਲ ਆਇਆ ਫਿਰ ਕਹਿੰਦਾ ਆਇਆ ਉਹਨੇ ਹੱਥ ਜੋੜੇ ਤਾਂ ਕਹਿੰਦੇ ਫਿਰ ਉਹ ਜੋ ਵਿਅਕਤੀ ਜੋ ਅਦ੍ਰਿਸ਼ ਸੀਗੇ ਮੈਨੂੰ ਦਿਖਾਈ ਨਹੀਂ ਸੀ ਦੇ ਦਿੰਦੇ ਕਹਿੰਦੇ ਉਹਨਾਂ ਨੂੰ ਕਹਿਣ ਲੱਗੇ ਸੰਤ ਤਾਰਾ ਸੁਹਣਾ ਦਾ ਸਿੰਘ ਹੈਗਾ ਤੇ ਇਹ ਆਪ ਦੀ ਪੂਰੀ ਦੇ ਜਿਹੜੇ ਉਹ ਦਰਸ਼ਨ ਕਰਨ ਆਇਆ ਹੈਗਾ ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਜਥੇਦਾਰ ਨੇ ਹੱਥ ਜੋੜੇ ਉਹ ਕਹਿਣ ਲੱਗਾ ਜੀ ਸੰਤ ਤਾਰਾ ਸੁਹਣਾ ਨੇ ਇਹਨੂੰ ਹਨਾ ਵਾਪਸ ਆਪਣੇ ਪਾਸ ਬੁਲਾ ਲਿਆ ਹੈਗਾ ਇਸ ਕਰਕੇ ਇਹਨੂੰ ਤੁਸੀਂ ਹਣਾ ਹੁਣ ਵਾਪਸ ਲੈ ਜਾਓ ਕਹਿੰਦੇ ਨਹੀਂ ਕਹਿਣ ਦੀ ਢੇਰ ਸੀ ਤਾਂ ਫੇਰ ਭਾਈ ਬਲਵੰਸ ਹੁਣੀ ਕਹਿਣ ਲੱਗੇ ਕਿ ਉਸ ਪੁਰੀ ਦੇ ਵਿੱਚ ਜਿੱਥੇ ਵੀ ਮੈਂ ਜਾਂਦਾ ਸੀਗਾ ਉਥੇ ਇੰਨਾ ਆਨੰਦ ਸੀਗਾ ਇੰਨਾ ਸੁੱਖ ਸੀਗਾ ਹਣਾ ਇੰਨੀ ਖੁਸ਼ੀ ਤੇ ਖੇੜਾ ਸੀਗਾ ਕਹਿੰਦਾ ਮੇਰੇ ਉੱਥੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਜਦੋਂ ਕਹਿੰਦੇ ਵੀ ਮੈਰਾ ਉਹਨੂੰ ਦੇਣਨੇ ਕਰੇ ਜਦੋਂ ਕਹਿੰਦੇ ਉਹ ਸਿੰਘ ਜਿਹੜੇ ਸੀ ਮੈਨੂੰ ਵਾਪਸ ਲਿਆਉਣ ਲੱਗੇ ਕਹਿੰਦੇ ਮੈਂ ਉਹਨੂੰ ਕਹਿਣ ਲੱਗਾ ਕਿ ਭਾਈ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕਿੰਦੇ ਮਰ ਰੋੜਾ ਬਹੁਤ ਪਾਇਆ ਪਰ ਕਹਿੰਦੇ ਉੱਥੇ ਮੇਰੀ ਕਿਸੇ ਨੇ ਨਹੀਂ ਸੁਣੀ ਕਹਿਣ ਲੱਗੇ ਵੀ ਨਹੀਂ ਸੰਤ ਤਾਰਾ ਸੋਹਣਾ ਦਾ ਹੁਕਮ ਹੈਗਾ ਕਿ ਪਾਈਏ ਨੂੰ ਵਾਪਸ ਲੈ ਜਾਓ ਉਧਰੋਂ ਦੇਖੋ ਇਹਦੀ ਬੋਡੀ ਜਿਹੜੀ ਸੀ ਇੱਕ ਹਸਪੀਟਲ ਤੋਂ ਦੂਜੇ ਹਸਪੀਟਲ ਜਦੋਂ ਲੈ ਕੇ ਜਾਂਦੇ ਸੀ ਤਾਂ ਮੋਰੇ ਜਵਾਬ ਜਿਹੜਾ ਸੀ ਉਹ ਮਿਲ ਹੀ ਜਾਂਦਾ ਸੀਗਾ ਪਰ ਇੱਥੇ ਦੇ ਲਾਗੇ ਦੇ ਇੱਕ ਸੰਤ ਹਜਾਰਾ ਸਿੰਘ ਜੀ ਹੋਈ ਸੀ ਉਹਨਾਂ ਦਾ ਜਿਹੜਾ ਰਸਲ ਰਸੂਖ ਸੀਗਾ ਹਨਾ ਉਹ ਇੱਧਰ ਕਾਫੀ ਸਗਾ ਲਾਕੇ ਵਿੱਚ ਉਹਨਾਂ ਦੇ ਕਹਣ ਦੇ ਉੱਤੇ ਇੱਕ ਹਸਪੀਟਲ ਦੇ ਵਿੱਚ ਫੇਰ ਭਾਈ ਬਲਵਾਂਸ ਨੂੰ ਹੁਣਾਂ ਨੂੰ ਜਦ ਲੈ ਕੇ ਗਿਆ ਤਾਂ ਉਹ ਨਾ ਫਿਰ ਹਸਪੀਟਲ ਆਏ ਨੇ ਫਿਰ ਭਾਈ ਬਲਵਾਂਸ ਨੂੰ ਹੁਣਾਂ ਦੇ ਜਿਹੜਾ ਸਰੀਰ ਸੀ ਇਹਨੂੰ ਹੱਥ ਪਾਇਆ ਉਹਨਾਂ ਨੇ ਕੀ ਕੀਤਾ ਫਿਰ ਇਹਦੇ ਜਿਹੜੀ ਖੋਪਰੀ ਫਿੱਚੀ ਸੀਗੀ ਇਸ ਨੂੰ ਫਿਰ ਸਾਫ਼ ਕੀਤਾ ਸਾਫ਼ ਕਰਕੇ ਉਸ ਤੋਂ ਬਾਅਦ ਫਿਰ ਸਟਿਚ ਵਗੈਰਾ ਲਾ ਕੇ ਮੌਲਮ ਪਟੀਆਂ ਕਰਕੇ ਇਹਨੂੰ ਸਹੀ ਕਰ ਦਿੱਤਾ ਜਦ ਸਹੀ ਕਰ ਦਿੱਤਾ ਇਧਰੋਂ ਸਰਹਾਲੀ ਵਾਲੇ ਮਾਂ ਬੁਖਸੰਦ ਤਾਰਾ ਸੁਹਣੀ ਕਹਿਣ ਲੱਗੇ ਵੀ ਭਾਈ ਸਾਡੇ ਨਾਲ ਦਾ ਜਿਹੜਾ ਜਥੇਦਾਰ ਆ ਉਹਦੀ ਹਾਲਤ ਕਾਫੀ ਪਚੀਦੀ ਹੈਗੀ ਆ ਇਸ ਕਰਕੇ ਭਾਈ ਉਹਦਾ ਪਤਾ ਕਰੋ ਜਾ ਕੇ ਕਿ ਉਹਦੀ ਸਿਹਤ ਕਿਹੋ ਜਿਹੀ ਆ ਦੇਖੋ ਜਦ ਇੰਨੀ ਕਹਿਣ ਦੀ ਡੇਰ ਸੀ ਤੇ ਇਧਰੋਂ ਫੇਰ 10-15 ਦਿਨ ਬਾਅਦ ਫੇਰ ਭਾਈ ਬਲਵੰਸ ਉਹਨਾਂ ਨੂੰ ਜਦ ਹੋਸ਼ ਆਈ ਆ ਤੋ ਬਿਲਕੁਲ ਫਿਰ ਠੀਕ ਹੋ ਗਏ ਸੀ ਜਦ ਠੀਕ ਹੋ ਗਏ ਮੁਰਖੇ ਫੇਰ ਸੰਤ ਤਾਰਾ ਸਿੰਘ ਉਹਨਾਂ ਦੇ ਪਾਸ ਜਦ ਸਰਹਾਲੀ ਆਏ ਤੇ ਇੱਥੇ ਆ ਕੇ ਜਦੋਂ ਭਾਈ ਬਲਵੰਸ ਉਹਨਾਂ ਨੇ ਆ ਕੇ ਮੱਥਾ ਟੇਕਿਆ ਫੇਰ ਸੰਤ ਤਾਰਾ ਸਿੰਘ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਹਾਂ ਵੀ ਸਨਾਜ ਜਿ세 ਦਰਾ ਕੀ ਹਾਲ ਹੈ ਕਦਰ ਦੀ ਸੈਰ ਕੀਤੀ ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਵੀ ਅਸੀਂ ਹੱਥ ਜੋੜ ਕੇ ਜਿੰਨੀਆਂ ਵੀ ਪੁਰੀਆਂ ਦੇ ਦਰਸ਼ਨ ਕੀਤੇ ਸੀ ਸਾਰੇ ਕਹਿੰਦੇ ਅਸੀਂ ਮਹਾਪੁਰਖਾਂ ਨੂੰ ਉਹਨਾਂ ਦੇ ਹਾਲ ਸੁਣਾਏ ਜਦ ਕਹਿੰਦੇ ਹਾਲ ਸੁਣਾਈ ਤੇ ਕਹਿੰਦੇ ਮਹਾਪੁਰਖਾ ਜਿਹੜੇ ਸੀ ਸਾਡੇ ਕੋਲੋਂ ਕਹਿੰਦੇ ਇਹਨਾਂ ਪੁਰੀਆਂ ਦੇ ਹਾਲ ਸੁਣ ਕੇ ਕਹਿੰਦੇ ਮੁਸਕਰਾਉਂਦੇ ਰਹੇ ਕਹਿੰਦੇ ਅਸੀਂ ਸਾਰਾ ਕੁਝ ਦੱਸਿਆ ਵੀ ਉਸ ਦੁਨੀਆ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੁਰਗ ਨਰਕ ਧਰਮ ਰਾਜ ਜੀ ਸਾਨੂੰ ਫਤਿਹ ਬੁਲਾਈ ਸਾਰੀਆਂ ਗੱਲਾਂ ਕਹਿੰਦੇ ਅਸੀਂ ਖੋਲ ਕੇ ਸੰਤ ਮਹਾਪੁਰਖ ਬਾਬਾ ਤਾਰਾ ਸਿੰਘ ਜੀ ਨੂੰ ਕਹਿੰਦੇ ਦੱਸਿਆ ਜਦ ਕਹਿੰਦੇ ਸਾਡੀਆਂ ਸਾਰੀਆਂ ਗੱਲਾਂ ਦਸਿਆਂ ਸੰਤਾਂ ਨੇ ਬੜੇ ਪ੍ਰਸੰਨ ਚਿਤ ਹੋ ਕੇ ਸੁਣੀਆ। ਉਤੋਂ ਬਾਅਦ ਫਿਰ ਭਾਈ ਬਲਵੰਸੋਂ ਹਣੀ ਮਹਾਂਪੁਰਖਾਂ ਨੂੰ ਕਹਿਣ ਲੱਗੇ। ਕਹਿਣ ਲੱਗੇ ਮਹਾਂਪੁਰਖਾ ਚਲੋ ਇਹ ਤਾਂ ਹੋਈ ਪੁਰੀਆਂ ਦੀ ਸੈਰ ਦੀ ਗੱਲ ਪਰ ਇੱਕ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆਈ। ਤੇ ਸੰਤ ਤਾਰਾ ਸੁਣੀ ਕਹਿਣ ਲੱਗੇ ਵੀ ਉਹ ਕਿਹੜੀ ਗੱਲ? ਤੇ ਫਿਰ ਭਾਈ ਬਲਵੰਸੋਂ ਹਣੀ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਹਿੰਦੇ ਮਹਾਂਪੁਰਖਾ ਆ ਸਰਹਾਲੀ ਦੇ ਅੰਦਰ ਜਿੰਨੇ ਬਸਨੀਕ ਮੇਰਾ خیال ਵੀ ਇਹਦੇ ਵਿੱਚੋਂ ਕਾਫੀ ਤੁਹਾਨੂੰ ਜਾਣਦੇ ਨਹੀਂਗੇ। ਪਰ ਕਹਿੰਦੇ ਦੇਖੋ ਉਸ ਅਦ੍ਰਿਸ਼ ਦੁਨੀਆ ਦੇ ਅੰਦਰ ਕਹਿੰਦੇ ਵੀ ਉੱਥੇ ਦੇ ਵੱਡੇ ਵੱਡੇ ਜਿਹੜੇ ਨਿਵਾਸੀ ਹੈ ਉਹ ਵੀ ਤੁਹਾਡੇ ਨਾਂ ਤੋਂ ਥਰ-ਥਰ ਕੰਮਦੇ ਆ। ਐਸਾ ਕਿਉਂ ਆ? ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਸੰਤ ਤਾਰਸ ਹੁਣਾਂ ਨੇ ਨੈਣ ਮੂਦ ਲੈ ਮੂਦ ਕੇ ਫਿਰ ਆਪਣੇ ਰੰਗ ਦੇ ਵਿੱਚ ਭਾਈ ਬਲਵੰਤ ਸੁਣ ਨੂੰ ਕਹਿਣ ਲੱਗੇ। ਕਹਿਣ ਲੱਗੇ ਜਥੇਦਾਰਾ ਬਹੁਤੀਆਂ ਕਮਲੀਆਂ ਨਹੀਂ ਮਾਰੀਦੀਆਂ ਹੁੰਦੀਆਂ। ਸਾਨੂੰ ਗਰੀਬਾਂ ਨੂੰ ਉਹ ਕੌਣ ਜਾਣਦਾ ਹੈਗਾ? ਦੇਖੋ ਇਸ ਨਿਮਰਤਾ ਸੀ ਸੰਤ ਮਹਾਂਪੁਰਖ ਬਬਕ ਤਾਰਸ ਹੁਣਾਂ ਦੀ ਪਰ ਭਾਈ ਬਲਵੰਤ ਸੁਣੀ ਦੱਸਦੇ ਸੀਗੇ ਕਿ ਦੇਖੋ ਮਹਾਪੁਰਖਾਂ ਦੇ ਇੱਕ ਹੀ ਬਚਨ ਨੇ ਬਖੈਰ ਰੱਬ ਤੈਨੂੰ ਇਹ ਸਭ ਕੁਝ ਦਿਖਾਈ ਦੇਵੇ ਕਹਿੰਦੇ ਵੀ ਉਹਨਾਂ ਦੇ ਮੂੰਹੋਂ ਨਿਕਲੇ ਬਚਨ ਨੇ ਕਹਿੰਦੇ ਦੇਖੋ ਕਿਹੋ ਜੀ ਵਿਦ ਬਣਾਈ ਤੇ ਕਿਵੇਂ ਕਹਿੰਦੇ ਕਾਰ ਖਰਾਬ ਹੋਈ ਆ ਤੇ ਕਿਵੇਂ ਮੇਰਾ ਮਕੈਨਿਕ ਨਾਲ ਝਗੜਾ ਹੋਇਆ ਤੇ ਕਹਿੰਦੇ ਫਿਰ ਉਹ ਕਾਰ ਦੇ ਜੈਕ ਦੇ ਵਿੱਚ ਤੇੜੀ ਥੋੜੀ ਮੇਰੇ ਸਿਰ 'ਤੇ ਵੱਜੀ ਸੀ ਮੇਰੀ ਖੋਪਰੀ ਫੇਰ ਹੋ ਗਈ ਪਰ ਉਹ ਤੋਂ ਬਾਅਦ ਕਹਿੰਨੇ ਮੇਰੇ ਸਰੀਰ ਨੂੰ ਹਸਪੀਟਲਾਂ ਦੇ ਵਿੱਚ ਇਧਰਲੇ ਮੇਰੇ ਘਰ ਦੇ ਜਿਹੜੇ ਸੀ ਉਹ ਲੈ ਕੇ ਜਾਂਦੇ ਰਹੇ ਪਰ ਉਧਰ ਮੇਰੀ ਫਿਰ ਪੂਰੀਆਂ ਦੀ ਯਾਤਰਾ ਸ਼ੁਰੂ ਹੋ ਗਈ ਕਿਉਂ ਮਹਾਪੁਰਖਾਂ ਨੇ ਵਜਨ ਇਹ ਕੀਤਾ ਸੀਗਾ ਕਹਿੰਦੇ ਭਾਈ ਇਹੋ ਜਿਹਾ ਖਿਆਲ ਨਹੀਂ ਕਰੀਦਾ ਕਿਉਂਕਿ ਇਹਦੇ ਨਾਲ ਬੜੀ ਤਕਲੀਫ ਹੁੰਦੀ ਆ ਸੋ ਵਾਕਿਆ ਕਹਿੰਦੇ ਸਰੀਰ ਨੂੰ ਤਾਂ ਚਾਹੇ ਬਹੁਤ ਤਕਲੀਫ ਸੀ ਪਰ ਮੈਂ ਉਧਰੋਂ ਬਹੁਤ ਆਨੰਦ ਵਿੱਚ ਸਾਰੀਆਂ ਪੂਰੀਆਂ ਦੇ ਦਰਸ਼ਨ ਕਰਦਾ ਰਿਹਾ ਉਰ ਉਥੇ ਇੰਨਾ ਸੁਖ ਸੀ ਇੰਨਾ ਆਨੰਦ ਸੀ ਜਦੋਂ ਕਹਿੰਦੇ ਮਹਾਪੁਰਖਾਂ ਦਾ ਹੁਕਮ ਆਇਆ ਸੀਗਾ ਉਥੇ ਇੱਕ ਪੂਰੀ ਦੇ ਵਿੱਚ ਦਕਿੰਦੇਫੇ ਉਸ ਟਾਈਮ ਮੈਂ ਜਿਹੜਾ ਸੀ ਇਹੋ ਹੀ ਵਾਰ-ਵਾਰ ਕਹਿ ਰਿਹਾ ਸੀਗਾ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰ ਬਾਕਿਆ ਗੱਲ ਠੀਕ ਹੈਗੀ ਕਿ ਜਦੋਂ ਭਾਈ ਬਲਵੰਸ ਨੂੰ ਉਹਨਾਂ ਨੂੰ ਹੋਸ਼ ਆਈ ਸੀ ਤਾਂ ਹੋਸ਼ ਆਉਂਦਿਆਂ ਆਉਂਦਿਆਂ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਸੀ ਇਹੋ ਹੀ ਲਫ਼ਜ਼ ਸੀਗਾ ਜਿਹੜਾ ਸਾਰਿਆਂ ਨੇ ਡਾਕਟਰਾਂ ਨਰਸਾਂ ਨੇ ਤੇ ਹੋਰ ਨਾਲ ਦੇ ਕਰਦੇ ਸੁਣਿਆ ਸੀ ਉਹ ਇਹੀ ਵਾਰ-ਵਾਰ ਕਹਿ ਰਹੇ ਸੀ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸੋ ਐਸੀ ਖੇਡ ਪ੍ਰਮਾਤਮਾ ਦੀ ਹੈਗੀ ਆ ਕਿ ਇਸ ਧਰਤੀ ਮੌਤ ਲੋਕ ਨਾਲੋਂ ਕਈ ਗੁਣਾ ਜ਼ਿਆਦਾ ਜਿਹੜਾ ਸੁਖ ਆ ਇਹਨਾਂ ਪੂਰੀਆਂ ਦੇ ਵਿੱਚ ਜਿਹੜਾ ਹੈਗਾ ਉਹ ਮਿਲਦਾ ਹੈ ਪਰ ਇਹ ਜਿਹੜੀਆਂ ਸ਼ੂਖਮ ਪੂਰੀਆਂ ਹੈਗੀਆਂ ਜਾਂ ਜੋ ਸਥਾਨ ਹੈਗੇ ਆ ਇਹ ਪ੍ਰੋਫੈਸਰ ਪੂਨ ਸਿੰਘ ਜੀ ਆਖਦੇ ਹੁੰਦੇ ਸੀਗੇ ਕਿ ਇਹ ਸ਼ੂਖਮ ਪੂਰੀਆਂ ਦੇ ਸਥਾਨ ਜਿਹੜੇ ਆ ਸ਼ੂਖਮ ਵਿਵੇਕ ਬੁੱਧ ਵਾਲੇ ਜਿਹੜੇ ਗੁਰਸਖ ਹੈਗੇ ਆ ਉਹੋ ਹੀ ਆਪਣੇ ਗਿਆਨ ਦੇ ਨੇਤਰਾਂ ਦੇ ਨਾਲ ਦੇਖ ਸਕਦੇ ਆ ਦਰਸ਼ਨ ਕਰ ਸਕਦੇ ਆ ਤੱਕ ਸਕਦੇ ਆ ਇਸੇ ਕਰਕੇ ਗੁਰਬਾਣੀ ਨੇ ਜਿਹੜਾ ਹੈ ਇਹ ਸਹਿਜ ਦੇ ਵਿੱਚ ਆਖਿਆ ਹੈਗਾ ਕਿ ਨਾਨਕ ਰਚਨਾ ਪ੍ਰਭ ਰਚੀ ਬੋ ਵਿਦ ਅਨੇਕ ਪ੍ਰਕਾਰ ਕਿ ਉਹਦੀ ਰਚਨਾ ਉਹਨੇ ਕਿੰਨੇ ਪ੍ਰਕਾਰ ਦੀ ਰਚੀ ਆ ਕਹਿੰਦੇ ਕੋਈ ਜਾਣ ਨਹੀਂ ਸਕਦਾ ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਮ ਬਖਸ਼ਣੀ ਸੋ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ